ਔਰ ਮੈਂ ਦੇਊਂਗਾ ਤੈਨੂੰ ਜਵਾਬ। ਕਮਾਲ ਦੀ ਗੱਲ ਕਰਦਾ ਤੂੰ, ਤੁਸੀਂ ਹਰ ਥਾਂ ਜਾ ਕੇ ਗੰਦ ਪਾਉਣਾ ਹੁੰਦਾ ਯਾਰ। ਇੱਕ ਹੋਰ ਆਪ ਵਿਧਾਇਕ ਦਾ ਵਿਰੋਧ ਹੋਇਆ। ਜੀ ਹਾਂ, ਕਿਸਾਨਾਂ ਨੇ ਵਿਧਾਇਕ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਵਿਧਾਇਕ ਕਿਸਾਨਾਂ ਨਾਲ ਖੈਬੜ ਪਏ ਨੇ, ਜਿਸ ਤੋਂ ਬਾਅਦ ਵਿਧਾਇਕ ਤੇ ਆਪਣੇ ਗਨਮੈਨਾਂ ਕੋਲੋਂ ਕਿਸਾਨਾਂ ਨੂੰ ਬਾਹਰ ਕਢਵਾਉਣ ਅਤੇ ਧੱਕੇ ਮਾਰਨ ਦੇ ਇਲਜ਼ਾਮ ਲੱਗੇ ਨੇ, ਜਿਸ ਦੀ ਕਿ ਕਿਸਾਨਾਂ ਨੇ ਵੀਡੀਓ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ। ਮੇਰੀ ਇੱਕ ਮਿੰਟ ਗੱਲ ਸੁਣੋ, ਮੈਂ ਇੱਥੇ ਬੈਠਾ ਚਾਹੇ ਮੇਰੇ ਕੋਲ ਘੰਟਾ ਬੈਠੇ, ਪਰ ਇਹ ਚੀਜ਼ ਨੀ, ਸਾਈਡ ਤੇ ਕਰੋ ਯਾਰ। ਨਹੀਂ ਨਹੀਂ, ਇਹ ਚੀਜ਼ ਨੀ ਟੋਲਰੇਟ ਕਰਾਂਗਾ ਮੈਂ, ਇਹ ਚੀਜ਼ ਟੋਲਰੇਟ ਨਹੀਂ ਕਰਾਂਗਾ ਮੈਂ। ਤੁਸੀਂ ਮੈਂ ਇੱਥੇ ਬੈਠਾ, ਮੈਨੂੰ ਘੰਟਾ ਬੈਠੋ, ਮੇਰੇ ਨਾਲ ਘੰਟਾ ਗੱਲ ਕਰੋ, ਪਰ ਇਹ ਲੋਕ ਦਿਖਾਵਾ ਨਾ ਕਰੇ ਯਾਰ, ਇਹ ਗੱਲ ਗਲਤ ਹੈ। ਉਹ ਮੈਂ ਦੇਊਂਗਾ ਤੈਨੂੰ ਜਵਾਬ, ਕਮਾਲ ਦੀ ਗੱਲ ਕਰਦਾ ਤੂੰ। ਨਹੀਂ ਨਹੀਂ ਨਹੀਂ, ਇਹ ਗੱਲ ਗਲਤ ਹੈ। ਉਧਰ ਬੈਠ, ਉਧਰ ਬੈਠ। ਤੁਸੀਂ ਹਰ ਥਾਂ ਜਾ ਕੇ ਗੰਦ ਪਾਉਣਾ ਹੁੰਦਾ ਯਾਰ, ਹੈਂ? ਕਮਾਲ ਦੀ ਗੱਲ, ਮੈਂ ਜਦੋਂ ਤੈਨੂੰ ਕਹਿੰਦੀ ਮੈਂ ਇੱਥੇ ਘੰਟਾ ਬੈਠੂੰਗਾ, ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ। ਜਦੋਂ ਮੈਂ ਨਹੀਂ, ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਇੱਥੇ ਬੈਠਾ, ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਦੇ ਹਾਂ, ਤੁਸੀਂ ਆਹ ਵੀਡੀਓ ਬਣਾਉਣੀ ਆ। ਤੇ ਜਾਣਕਾਰੀ ਮੁਤਾਬਕ ਕਿਸਾਨ ਵਿਧਾਇਕ ਕੋਲੋਂ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਸਵਾਲ ਪੁੱਛਣ ਗਏ ਸੀ, ਜਿਸ ਨੂੰ ਲੈ ਕੇ ਮਾਹੌਲ ਗਰਮਾ ਗਿਆ। ਹਾਲਾਂਕਿ ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਕਿਸਾਨਾਂ ਨੂੰ ਸਭਾ ਤੋਂ ਬਾਅਦ ਗੱਲਬਾਤ ਲਈ ਕਹਿੰਦੇ ਸੁਣਾਈ ਦਿੱਤੇ, ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਜਾਰੀ ਰੱਖਿਆ, ਜਿਸ ਤੋਂ ਬਾਅਦ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ। ਚਾਰ ਘੰਟੇ ਬੈਠੋ, ਪਰ ਏਦਾਂ ਨੀ, ਇਹ ਚੀਜ਼ ਨੀ, ਮੇਰੀ ਇੱਕ ਮਿੰਟ ਗੱਲ ਸੁਣੋ, ਮੈਂ ਇੱਥੇ ਬੈਠਾ ਚਾਹੇ ਮੇਰੇ ਕੋਲ ਘੰਟਾ ਬੈਠੇ, ਪਰ ਇਹ ਚੀਜ਼ ਨੀ, ਸਾਈਡ ਤੇ ਕਰੋ ਯਾਰ। ਨਹੀਂ ਨਹੀਂ, ਇਹ ਚੀਜ਼ ਨੀ ਟੋਲਰੇਟ ਕਰਾਂਗਾ ਮੈਂ, ਇਹ ਚੀਜ਼ ਟੋਲਰੇਟ ਨਹੀਂ ਕਰਾਂਗਾ ਮੈਂ। ਤੁਸੀਂ ਮੈਂ ਇੱਥੇ ਬੈਠਾ, ਮੈਨੂੰ ਘੰਟਾ ਬੈਠੋ, ਮੇਰੇ ਨਾਲ ਘੰਟਾ ਗੱਲ ਕਰੋ, ਪਰ ਇਹ ਲੋਕ ਦਿਖਾਵਾ ਨਾ ਕਰੇ ਯਾਰ, ਇਹ ਗੱਲ ਗਲਤ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ, ਜਿਸ ਕਾਰਨ ਹੁਣ ਤਮਾਮ ਸਿਆਸਤਦਾਨ ਲੋਕਾਂ ਦੀ ਕਚਹਿਰੀ 'ਚ ਆਪੋ ਆਪਣਾ ਪੱਖ ਲੈ ਕੇ ਜਾ ਰਹੇ ਨੇ। ਇਸ ਦੌਰਾਨ ਲੋਕਾਂ ਵੱਲੋਂ ਉਹਨਾਂ ਨੂੰ ਸਵਾਲ ਜਵਾਬ ਵੀ ਕੀਤੇ ਜਾ ਰਹੇ ਨੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਵੀ ਹੋਇਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਤੇ ਹੁਣ ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਨੂੰ ਕਿਸਾਨਾਂ ਨੇ ਸਵਾਲ ਪੁੱਛੇ ਨੇ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਿੱਖੀ ਤਕਰਾਰਬਾਜ਼ੀ ਵੀ ਹੋਈ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।